ਕਿਉਂ ਮਤਲਬ ਬਾਬਾ ਲੈ ਜਾਂਦੀਆਂ ਉਹਨਾਂ ਨਾਲ ਬੈਗ ਭਰ ਕੇ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆਸ ਕਰਦੇ ਤੁਸੀਂ ਸਾਰੇ ਨੇ ਬਹੁਤ ਹੀ ਵਧੀਆ ਹੋਵੋਗੇ ਤੇ ਸ਼ੁਰੂ ਕਰਨ ਲੱਗੇ ਅੱਜ ਦਾ ਵਲੌਗ ਸੋ ਟਾਈਮ ਹੋ ਚੁੱਕਿਆਗਾ 10 ਵੱਜ ਗਏ ਨਾ 10 ਵੱਜ ਗਏ ਤੇ ਫਾਈਨਲੀ ਸਾਡੇ ਤੇ ਵੀ ਉਹ ਦਿਨ ਆ ਗਿਆ ਜਦੋਂ ਅਸੀਂ ਆਪਦੇ ਲੀੜੇ ਲੈਣ ਜਾ ਰਹੇ ਹਾਂ ਲੀੜਿਆਂ ਦੀ ਸ਼ਾਪਿੰਗ ਕਰਨ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਅਸੀਂ ਸੋਚਿਆ ਵੀ ਜਿਹੜੀ ਚੀਜ਼ ਆਪਾਂ ਆਪਣੇ ਆੜਤੀਆਂ ਤੋਂ ਲੈਣੀ ਹੈ ਉਹ ਲੈ ਕੇ ਅੱਗੇ ਮੈਂ ਤੇ ਛੋਟੀ ਮਾਤਾ ਜਾ ਰਹੇ ਹਾਂਗੇ ਨਾਲ ਹੈਗਾ ਮਹਿਕ ਡੈਡੀ ਵੀ ਆ ਡੈਡੀ ਘਰੇ ਹੈਗੇ ਸੋ ਪਹਿਲਾਂ ਆਪਾਂ ਲੈਣਾਗਾ ਕੁੜਤਾ ਪਜਾਮਾ ਜਿਹੜਾ ਆਪਾਂ ਨੰਦਾਂ ਤੇ ਪਾਉਣਾਗਾ ਸੋ ਉਹ ਲੈ ਕੇ ਕਟਾ ਕੇ ਫਿਰ ਉੱਥੇ ਬਠਿੰਡੇ ਨਾਲ ਹੀ ਫੜਾ ਦਿਆਂ ਕਿਉਂਕਿ ਜਾਗੂ ਵਾਲੇ ਜਿਹੜੇ ਉਹ ਤਾਂ ਕਟਾਏ ਪਏ ਉਧਰੋਂ ਮਾਮੇ ਦਾ ਸ਼ੋਰ ਵੀ ਆ ਰਿਹਾ ਹੈਗਾ ਤੇ ਚਲੋ ਵੀ ਚੱਲ ਗਏ ਬਾਬਾ ਵੀ ਕਹਿੰਦਾ ਵੀ ਮੁੰਡੇ ਮੜੀ ਠੰਡ ਮੰਨਦੇ ਹੈਗੇ ਕੋਈ ਗੱਲ ਨਹੀਂ ਮੜੀ ਧੁੱਪ ਕੱਢਾਂ ਸੋ ਧੁੱਪ ਨੇ ਵੀ ਦਰਸ਼ਨ ਦੇ ਦਿੱਤੇ ਆ ਪਰ ਇਹ ਦਿੱਤੇ ਮੰਡੀ ਜੀ ਆ ਘਰ ਕੋਲੇ ਹੈ ਨਹੀਂ ਤੇ ਉਧਰ ਤਾਂ ਧੁੰਦੀ ਆ ਫੁੱਲ ਰੰਗ ਤਿੰਨਾਂ ਚੋਂ ਇੱਕ ਰੰਗ ਲੈ ਲਾਂਗੇ ਆਪਾਂ ਲੈ ਲੈ ਕੁੜਤੇ ਪਜਾਮੇ ਮਾਮੇ ਦੇ ਸ਼ੋਰ ਦਾ ਵੀ ਲੈ ਲਿਆ ਜੱਸੂ ਦਾ ਉਹ ਵੀ ਬਠਿੰਡੇ ਆਉਂਦਾ ਉਹਨੇ ਵੀ ਆਪਣੇ ਨਾਲ ਦੇ ਕੋਟ ਪੈਂਟ ਨਾਲ ਦਾ ਤਾਂ ਨਹੀਂ ਮਤਲਬ ਆਪਣੇ ਨਾਲ ਹੀ ਜਿੱਥੋਂ ਆਪਾਂ ਸਮਾਉਣਾ ਦੇਣਾ ਉੱਥੋਂ ਹੀ ਉਹਨੇ ਸਮਾਉਣਾ ਦੇਣੇ ਆ ਕੱਪੜੇ ਸੋ ਉਹ ਵੀ ਆਉਂਦਾ ਉਹਦਾ ਕੁੜਤਾ ਪਜਾਮਾ ਵੀ ਲੈ ਲਿਆ ਤੇ ਹੁਣ ਆਪਾਂ ਚੱਲਦੇ ਹਾਂ ਡੈਡੀ ਨੂੰ ਭਾਈਏ ਤੇ ਨਿਕਲ ਗਏ ਸੋਹਣੀ ਧੁੱਪ ਕੱਢਦੀ ਹੈ ਜਰਾ ਅੱਜ ਤਾਂ ਨਜ਼ਾਰਾ ਲਿਆਤਾ ਰੰਗ ਦਾ ਵੀ ਫੋ ਰੰਗ ਵਾਲਿਆਂ ਨੂੰ ਬਹੁਤ ਫਾਇਦਾ ਹੁੰਦਾ ਕਿਉਂਕਿ ਰੰਗ ਸੁੱਕਦਾ ਜਾਂਦਾ ਮਗਰ ਮਗਰ ਕਰੀ ਜਾਂਦੇ ਹੈਗੇ ਨਹੀਂ ਤਾਂ ਜਦੋਂ ਕੱਚਾ ਪਾਚਾ ਕਾਇਆ ਰਹਿ ਜਾਂਦਾ ਨਾ अज भी दो साडे मेन काम एक गिल पत्ती नहीं पत्थर रखना एक बठिंडे मॉल का उद्घाटन करना डैडी जानता नहीं कहिंदा तुसीं आ दे ले लो मेरे अंदू की है मैं आपे ले लूं तू मैं ना भी एक वारी कपड़े बनाउणे आ घैंट हुण ब्लेजर ब्लूजर लौंग कोट शोर्ट कोट घैंट जी चीजें एक दो डेडी लैनिया एक बूट लेने के क्योंकि डेडी हूं तो आपके आप तो लेंदा नहीं ए सू कह दिता भी हाँ तुम ले लो आह ले लो आह ले लो मेरा कोई नहीं पर मेन बंदा यही है कि नहीं हाँ असल चे हों मोह ते प्रेम कि नहीं ठंड च भी नाल रखा है गर्मी चे बिल्ले को 500 का पाए गर्मी च भी नाल रखा है ठंड च भी नाल रखा है नाथा किवें आप पता लगता गा भी अपने वास्ते थोड़ी थोड़ी थां भी किन्नी कीमती हुंदी हैगी टायरां ते बहि गए तां बिना करन वाले कुत्ते वरगा लो भाई हुण बांगणे पूरी आपदी जिहड़ी जगह हैगी ना उहनूं वरत्या विआ दो बंदे बैठे इक सीट ते नहीं तां कल्ला भी कहिंदा ऐ ऐ ज पासे ज मरी जांदा वी यार औखा सौखा हो गए हसी जांदा कल्ला कल्ला ही हां जी पहुंचो सी गल सा जी की हाल है जी होर भाई की हाल है वधिया वधिया ਆਹ ਛੋਟਾ ਇਹੋ ਜਿਹੇ ਡਰਾਈਵਰ ਹੋਣੇ ਚਾਹੀਦੇ ਜਿਹੜਾ ਡਿਵਾਈਡਰ ਹੀ ਪਾਰ ਲੰਘਾ ਆਂਦੇ ਆ ਇਹਦੀ ਮੂਸੇ ਵਾਲੇ ਦੀ ਗੱਲ ਇਹਦੇ ਤੇ ਟੁੱਕਦੀ ਆ ਮੂਸੇ ਵਾਲੇ ਦੇ ਗਾਣੇ ਜੀ ਚ ਕਹਿੰਦੇ ਹੁੰਦੇ ਡਿਵਾਈਡਰ ਦੇ ਉੱਤੇ ਚੜ੍ਹਦੀ ਹੋਈ ਚੜ੍ਹਿਆ ਹੋਇਆ ਟੈਂਪੂ ਵੱਲ ਕੇ ਉਹ ਗੱਲ ਹੈ ਜੀ ਆਪਾਂ ਪਹੁੰਚ ਚੁੱਕੇ ਹਾਂ ਧੋਬੀ ਬਾਜ਼ਾਰ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਆਪਦਾ ਵੇਖਣਾ ਲੀੜੇ ਕੱਪੜੇ ਕਿੰਨੇ ਕਿੰਨੇ ਮੀਟਰ ਕੱਪੜਾ ਲੱਗੂਗਾ ਸੋ ਉਸ ਦੇ ਹਿਸਾਬ ਨਾਲ ਫਿਰ ਸਮਾਈ ਦਾ ਵੇਖਾਂਗੇ ਫਿਰ ਬਜਟ 'ਚ ਕੰਮ ਕਰਕੇ ਫਿਰ ਵੇਖਾਂਗੇ ਕਿਹੜੇ ਸਾਈਜ਼ ਵੱਡੇ ਆ ਨਾ ਫਿਰ ਵੇਖਾਂਗੇ ਕਿਹੜੇ ਦਰਜੀ ਨੂੰ ਫੜਾਉਣਾਗਾ ਹੁਣ ਕਿਹੜਾ ਇੱਕ ਦੋ ਬੰਦਿਆਂ ਤੋਂ ਪਤਾ ਕਰਦੇ ਆਂ ਫੇਰ ਕਰਾਂਗੇ ਕੰਮ ਵਰਗੇ ਤੋਂ ਸਵੇਰੇ ਸਵੇਰੇ ਦੇਖੋ ਕਿ ਨਾ ਤੁਸੀਂ ਝਲਮਲ ਕਰਦੀਏ ਪਏ ਆ ਨਾ ਦੁਪੱਟੇ ਦੁਪੱਟੇ ਰਮਾਲਾ ਸਾ ਬੰਦਿਆਂ ਸੁੱਤੂਫਾਂ ਨਹੀਂ ਆ ਰਹੀ ਧੂਫਾਂ ਦੀਆਂ ਵਾਸ਼ਨਾ ਆਈ ਜਾਂਦੀਆਂ ਲਓ ਵੀ ਚਲੋ ਵੀ ਕਰਦੇ ਆਂ ਪਤਾ ਹਾਂਜੀ ਵੱਡੇ ਵੀਰ ਪੰਗਾਂਗਾ ਇਹ ਕਲਾਸ ਵਾਲਿਆਂ ਦੇ ਆਏ ਸੀਗੇ ਤੇ ਸਾਹਮਣੇ ਹੈਗਾ ਗੁਰਦੇਵ ਵਾਲਿਆਂ ਦਾ ਪੰਪ ਚੱਕਾ ਦੇਖ ਚੁੱਕੇ ਆਂਗੇ ਸਗਣ ਵੇਲੇ ਤੇ ਹੁਣ ਆਪਾਂ ਗਰਦੇ ਇਹਨਾਂ ਇਸ ਵਾਰ ਇਹ ਕਲਾਸ ਵਾਲਿਆਂ ਦੇ ਆਏ ਸੀਗੇ ਇੱਧਰੋਂ ਮੂਸੇ ਵਾਲੇ ਦੇ ਜਾਂਦੇ ਆ ਕੱਪੜੇ ਸੀਗੇ ਬਾਈ ਇਹ ਜਾਉਂਦਾ ਸੀਗਾ ਤੇ ਇੱਧਰੋਂ ਜਾਂਦੇ ਕਰਨ ਔਜਲੇ ਦੇ ਇੱਧਰੋਂ ਵੀ ਪਤੰਦਰ ਐਂਟੀ ਹੋਏ ਫਿਰਦੇ ਇੱਕ ਦੂਜੇ ਦੇ ਤੇ ਚਲੋ ਹੁਣ ਆਪਾਂ ਦੇਖੇਗੇ ਕੱਪੜਾ ਵਗੈਰਾ ਲੈ ਕੇ ਫਿਰ ਬਾਂਗਾਂ ਨੂੰ ਦਿੰਦੇ ਆਂਗੇ ਆਪਣੀ ਜਿੰਨੀ ਕੁ ਡੇਟ ਤੇ ਆਪਾਂ ਨੂੰ ਚਾਹੀਦੇ ਸੀਗੇ ਉਨੇ ਦੇ ਆਪਾਂ ਨੂੰ ਦੇ ਦੇਣਗੇ ਕੱਪੜੇ ਤੇ ਚਲੋ ਕੱਪੜਾ ਲੱਗੇ ਸਾਡਾ ਅੱਡਾ ਪਹੁੰਚ ਚੁੱਕਿਆ ਜੀ ਪੁਰਾਣੀ ਬੋਕ ਇਹ ਸਾਨੂੰ ਅੱਧਾ ਪੌਣਾ ਘੰਟਾ ਭਕਾਈ ਕਰਵਾਈ ਆ ਬਿਨਾਂ ਗੱਲ ਤੋਂ ਪਿੰਡੋਂ ਆਇਆ ਸਾਡੇ ਕੋਲੇ ਪਹੁੰਚਿਆ 11:30 ਵਜੇ ਗੱਪ ਕਾਹਤੋਂ ਇੰਨੇ ਮਾਰਦਾ ਹੁੰਦਾ ਗੱਪ ਖਾ ਦੇਖ ਲੈ ਉਹਨਾਂ ਤੁਰਿਆ ਆਉਂਦਾ ਹੁਣ ਆਪਾਂ ਪਹੁੰਚ ਚੁੱਕੇ ਹਾਂ ਕੱਪੜਾ ਮਾਰਕੀਟ ਤੇ ਹੁਣ ਆਪਾਂ ਕੱਪੜਾ ਲੀੜਾ ਸਾਰਾ ਕੁਝ ਦੇਖ ਕੇ ਖਰੀਦ ਲਈਏ ਉਸ ਤੋਂ ਬਾਅਦ ਸਮਾਉਣਾ ਫੜਾ ਦੇਾਂਗੇ ਬੰਦਿਆਂ ਦਾ ਜਿਹੜਾ ਕੰਮ ਆ ਉਹ ਤਾਂ 2-4 ਘੰਟਾ ਨਿਕਾਣੀ ਹੁੰਦੀ ਹੈਗੀ ਜਨਾਨੀਆਂ ਹੀ ਆ ਜਿਹੜੀਆਂ 10-15 ਦਿਨ ਲਾ ਲੈਂਦੀਆਂ ਉਹ ਭਰਾਵਾ ਤੂੰ ਬਲੈਕ ਦੇ ਮਗਰ ਨਾ ਪਏ ਬਲੈਕ ਦਾ ਤੂੰ ਕਹਤਾ ਇਹ ਬਲੈਕ ਦੇ ਮਗਰ ਪੈ ਗਿਆ ਫੁੱਫੜ ਵੀ ਬਲੈਕ ਬਣਾਉ ਤਾਂ ਮੈਂ ਵੀ ਬਲੈਕ ਬਣਾਉ ਉਹ ਤੇਰੇ ਬਹੁਤ ਸੋਹਣੀ ਲੱਗੂ ਚੀਜ਼ ਪਾਈ ਵੀ ਉਹ ਲੌਂਗ ਕੋਟ ਆ ਸੋਹਣਾ ਲੱਗਦਾ ਬਲੈਕ
बापू दे माड़ा ला के देख के हां यार खराब कर तकदे ने सोहना लगता है घंटा हो गया घंटे तीन चार कोट पेंट लेने लगे पर मारे पेंट ऐसा रहा अपने मैं कहता रह गया डैडी का रह गया क्योंकि डैडी का कलर नहीं मिले करके ਹੁਣ ਨਾਲੇ ਮੋੜਨ ਮੜਾਈ ਵਾਲਾ ਕੰਮ ਹੀ ਹੈਣੀ ਆਪਣੇ ਕੋਲੇ ਬਸ ਜਿਹੜਾ ਲੈ ਲਿਆ ਪਾਰ ਹੀ ਆ ਸੋਹਣਾ ਲੱਗੇ ਨਾ ਲੱਗੇ ਤੋਂ ਬਾਅਦ ਪਾਰਕਿੰਗ ਤੇ ਜਮਾ ਸਾਨੂੰ ਸਿਰੇ ਤੇ ਆ ਕੇ ਗੱਡੀ ਲਾਉਣ ਨੂੰ ਥਾਂ ਮਿਲੀ ਆ ਕਿਉਂਕਿ ਬਾਹਲੀ ਵੱਡੀ ਪਾਰਕਿੰਗ ਇੱਕ ਤੁਹਾਨੂੰ ਪਤਾ ਵਿਆਹ ਦੇ ਦਿਨ ਚੱਲੀ ਜਾਂਦੇ ਆ ਉਹਦੇ ਕਰਕੇ ਪਾਰਕਿੰਗ ਜਿਹੜੀ ਫੁੱਲ ਹੁੰਦੀ ਆ ਸਟੇਸ਼ਨ ਵਾਲੀ ਸਵਾਦ ਧਿਆਨ ਨਾਲ ਆਇਆ ਕਰੋ ਜੇ 11 12 ਵਜੇ ਤੋਂ ਬਾਅਦ ਹੋਣਾ ਤਾਂ ਇੱਧਰ ਆਓ ਹੀ ਨਾ ਕਿਉਂਕਿ ਤੁਹਾਨੂੰ ਗੱਡੀ ਲਾਉਣ ਨੂੰ ਥਾਂ ਹੀ ਨਹੀਂ ਮਿਲਣਾ ਕੱਪੜੇ ਕੁੱਪੜੇ ਲੈ ਕੇ ਆਪਾਂ ਇੱਕ ਵਾਰ ਫਿਰ ਤੋਂ ਪਹੁੰਚ ਚੁੱਕੇ ਆ ਏ ਕਲਾਸ ਵਾਲਿਆਂ ਦੇ ਕੱਪੜਾ ਜਿਹੜਾ ਸੀਗਾ ਨਾ ਮੇਰੇ ਦੋ ਪੈਂਟ ਕੋਟ ਸੀਗੇ ਸ਼ਰਟਾਂ ਸੀਗੀਆਂ ਸੋ ਇਹਨਾਂ ਦਾ ਕੱਪੜਾ ਲੈ ਲਿਆ ਜੱਸੂ ਦੇ ਪੈਂਟ ਕੋਟ ਤੇ ਸ਼ਰਟ ਦਾ ਲੈ ਲਿਆ ਸੋ ਹੁਣ ਚੱਲ ਕੇ ਇਹਨਾਂ ਨੂੰ ਬਣਾਉਣੇ ਦੇ ਦਈਏ ਉਸ ਤੋਂ ਬਾਅਦ ਦੂਜਾ ਕੱਪੜਾ ਖਰੀਦ ਕੇ ਤੇ ਉਹ ਦੇਵਾਂਗੇ ਇੱਧਰ ਵੀ ਜੱਸੂ ਦੇ ਮਾਂ ਨਾਪੇ ਚੱਲ ਰਹੇ ਹੈਗੇ ਹਜੇ ਆਪਾਂ ਹਜੇ ਬਾਂਦਰੋ ਦੇਵਾਂਗੇ 43 ਟੈਡ ਘੁੱਟ ਕੇ ਖੜਵਾਉਣਾ ਹੈ ਦੇ ਦੇ ਮੇਚਾ ਸਾਡੇ ਅੰਕਲ ਜੀ ਵੀ ਆ ਗਏ ਹੁਣ ਦੋ ਇੱਧਰ ਵੀ ਲਵਾ ਲੈ ਡੈਡੀ ਦੇ ਵੀ ਲੀੜੇ ਲੈ ਲੈ ਫਿਰ ਬਲੇਜ਼ਰ ਡੈਡੀ ਦਾ ਵੀ ਲੌਂਗ ਕੋਟ ਵੀ ਬਹੁਤ ਹੈ ਯਾਰ ਬਈ ਡੈਡੀ ਨੇ ਅੱਜ ਤੱਕ ਨਾ ਕਦੇ ਵੀ ਕੋਈ ਮਹਿੰਗੀ ਚੀਜ਼ ਨਹੀਂ ਪਾਈ ਅੱਜ ਪਹਿਲੀ ਵਾਰੀ ਡੈਡੀ ਜ਼ਿੰਦਗੀ 'ਚ ਮੈਨੂੰ ਤਾਂ ਇੰਨੀ ਮਹਿੰਗੀ ਚੀਜ਼ ਪਾਉਣ ਲੱਗਿਆ ਬਸ ਵੀ ਠੀਕ ਹੈ ਮਾਂ ਪਿਓ ਐਂ ਹੁੰਦੇ ਆਪਦੇ ਜਵਾਕਾਂ ਨੂੰ ਤਾਂ ਇੰਨੀਆਂ ਇੰਨੀਆਂ ਮਹਿੰਗੀਆਂ ਚੀਜ਼ਾਂ ਦਵਾਈ ਜਾਂਦੇ ਪਰ ਆਪਦੇ ਵਾਰੀ ਦਿਲ ਘੁੱਟ ਲੈਂਦੇ ਆ ਹੋ ਕੇ ਖਾਲੀ ਚੱਲੇ ਆਂਗੇ ਹੁਣ ਅਸੀਂ ਡੈਡੀ ਨੂੰ ਬਸ ਚੜਾਉਣ ਹਾਂ ਬੂਟ ਲੈਣੇ ਹੁਣ ਬੂਟ ਵੀ ਲੈ ਲਾਂਗੇ ਲਓ ਡੈਡੀ ਨੂੰ ਚੜਾਉਣ ਚੱਲੇ ਆਂ ਬਸ ਤੇ ਬਾਇਕ ਬੂਟ ਰਹਿ ਗਏ ਉਹ ਦਵਾਉਣੇ ਆ ਡੈਡੀ ਨੂੰ ਕੱਲੇ ਉਸ ਤੋਂ ਬਾਅਦ ਆਪਾਂ ਬਸ ਆਪਦਾ ਸਮਾਨ ਲੈਣ ਤੇ ਹੀ ਵਿਹਲੇ ਆਂਗੇ ਖੱਲੀ ਚੜ ਗਈ ਉਹ ਬਾਈ ਖੜੀ ਓਏ ਖੱਲੀ ਚੜ ਗਈ ਚੱਲ ਲਓ ਵੇ ਸਾਨੂੰ ਗੱਡੀ ਕੱਢਣੀ ਔਖੀ ਲੱਗਦੀ ਸੀਗੀ ਅਸੀਂ ਗੱਡੀ ਕੱਢਣ ਤੇ ਟਾਈਮ ਬੜਾ ਲੱਗ ਜੂ ਪਾਰਕਿੰਗ ਚ ਆਟੋ ਤੇ ਚੱਲੋ ਕੋਈ ਨਹੀਂ ਹੁੰਦਾ ਨਾਲੇ ਵੱਲ ਉੱਥੇ ਜਾਵੜਨੀ ਸੀ ਗੱਡੀ ਵਾਲੇ ਨੂੰ ਹੁਣ 30 ਦਿੰਦੇ ਬਾਅਦ ਚ ਫੇਰ ਆ ਕੇ ਦਿੰਦੇ ਹੁਣੇ ਸੋਚ 40 ਵੱਧ ਲੱਗੇ ਨਾਲ ਝੂਟੇ ਲੈ ਕੇ ਆਵਾਂਗੇ ਆਟੋ ਤੇ ਪਾਪਾ ਜੀ ਇਹਨਾਂ ਸਾਰਾ ਕਿੱਥੇ ਫਸਿਆ ਇਹਨਾਂ ਨਾਲ ਆ ਕੇ ਅੱਜ ਹਾਂ ਵੀ ਕਿਵੇਂ ਫੀਲਿੰਗ ਆ ਰਹੀ ਆ ਆਪਾਂ ਬੜਾ ਨਜ਼ਾਰੇ ਲੈ ਰਹੇ ਆ ਵੀ ਇੱਧਰ ਦੇਖ ਦੇਖ ਕੇ ਕੰਮ ਵਾਲਾ ਬੰਦਾ ਯਾਰ ਇਹ ਆਪਾਂ ਵੇਲੇ ਆ ਗੇਟ ਪਾ ਚੱਕਣਾ ਪਊਗਾ ਹੈ ਗੇਟ ਪਾ ਇਹੋ ਜੀ ਨਾਲ ਚੱਕੀ ਦੀ ਹੁੰਦੀ ਆ ਕੀ ਪਤਾ ਤੈਨੂੰ ਇੱਥੋਂ ਹੀ ਸਿੱਧਾ ਡਿਊਟੀ ਤੇ ਜਾਣਾ ਪੈ ਜੇ ਫੋਨ ਕਰ ਦਾਂਗੇ ਜਾ ਫਿਰ ਗੇਟ ਪਾ ਸਕਣਾ ਫੇਰ ਬਾਈ ਲੋ ਵੀ ਇਹ ਆ ਏਸੀ ਮਾਰਕੀਟ ਏਸੀ ਭਾਵੇਂ ਇਹਦੇ ਥੋੜੇ ਲੱਗੇ ਪਰ ਨਾਮ ਏਸੀ ਮਾਰਕੀਟ ਆ ਹਾਂ ਬੂਟ ਜ਼ਿਆਦੇ ਆ ਲਓ ਜੀ ਹੁਣ ਆ ਚੁੱਕੇ ਆ ਸਕੈਚਰ ਡੈਡੀ ਦੇ ਬੂਟ ਦੇਖਣ ਸੋ ਬੂਟ ਦੇਖ ਕੇ ਦਵਾ ਕੇ ਡੈਡੀ ਨੂੰ ਚੜਾਈਏ ਬਸ ਕਿਉਂਕਿ ਫਿਰ ਘਰੇ ਪੱਠੇ ਪੁੱਠਿਆਂ ਦਾ ਕੰਮ ਲੇਟ ਹੋ ਜਾਣਾ ਜਾਵਾਂ ਛੋਟਾ ਮੜਾ ਕਰਿਓ ਚੱਕ ਵੀਰੇ ਬਸ ਏਡੀਆਂ ਵੱਡੀਆਂ ਵੱਡੀਆਂ ਬਾਸੀਆਂ ਅੱਜ ਮੈਂ ਸੋਚ ਕੇ ਆਇਆ ਮੈਂ ਕਿਹਾ ਆਪਣਾ ਕੁਝ ਰਹਿੰਦਾ ਰਹਿ ਜੇ ਇੱਧਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਵਾਰੀ ਵਾਰੀ ਲੋਟ ਨਹੀਂ ਆਉਂਦਾ ਆਪਣੇ ਮੈਨੂੰ ਵੱਡੇ ਲੱਗਦੇ ਆ ਥੋੜੇ ਜਿਹੇ ਲਓ ਵੀ ਡੈਡੀ ਦਾ ਹੁਣ ਉੱਥੋਂ ਬੱਸ ਚੜ ਜਾਣਾ ਗਾ ਇਹਦਾ ਚੱਲੇ ਪਿੰਡ ਨੂੰ ਤੇ ਅਸੀਂ ਹੁਣ ਚੱਲਦੇ ਆ ਬੈਕ ਟੂ ਬੇਸਿਕ ਸਾਨੂੰ ਐਂ ਸੀਗਾ ਵੀ ਹੋਰ ਕਿਸੇ ਰਹਿੰਦੀ ਰਹਿ ਜੇ ਅੱਜ ਡੈਡੀ ਦੀ ਰਹਿਣੀ ਚਾਹੀਦੀ ਕਿਉਂਕਿ ਇਹ ਸਾਡਾ ਬੰਦਾ ਨਾ ਸਾਡੇ ਕਾਬੂ 'ਚ ਨਹੀਂ ਆਉਂਦਾ ਬਾਅਦ 'ਚ ਕਿਉਂਕਿ ਡੈਡੀ ਇਹ ਮੁੜ ਕੇ ਨਾ ਕਾਬੂ 'ਚ ਨਹੀਂ ਆਉਂਦਾ ਤੇ ਰੇਟ ਸੁਣ ਕੇ ਮੜਾ ਜਿਹਾ ਭੱਜਣ ਲੱਗ ਜਾਂਦਾ ਸੋ ਇਸ ਕਰਕੇ ਅਸੀਂ ਪਹਿਲਾਂ ਇਹਨੂੰ ਕਾਬੂ ਕਰਿਆ ਸੀਗਾ ਬਾਕੀ ਸਾਰੇ ਕੰਮ ਬਾਅਦ 'ਚ ਹੀ ਕਰਾਂਗੇ ਚਲੋ ਇਹਦੇ ਹੁਣ ਬਲੇਜ਼ਰ ਬੂਜ਼ਰ ਹੋ ਗਿਆ ਜਿਹੜਾ ਕੁੜਤੇ ਪਜਾਮੇ ਦਾ ਮੰਡਕੋਂ ਸਮਾਉਣੇ ਬੂਟ ਬਾਟ ਲੈ ਲਿਆ ਡਨ ਹੋ ਗਿਆ ਹੁਣ ਮੈਂ ਕਿਹਦੇ ਕੱਪੜੇ ਲੈਣੇ ਆ ਇਹਨੇ ਲੈਣੇ ਆ ਬੂਟ ਬਾਈ ਕਹਿੰਦਾ ਸਾਈਜ਼ ਮੈਂ ਸਾਈਜ਼ ਤਾਂ ਰੱਬ ਦਾ ਨਾਮ ਹੀ ਆ ਵੱਡਾ ਹੀ ਦਿਖਾ ਦੇ ਜਿਹੜਾ ਕੰਪਨੀ ਨੇ ਸਾਰਿਆਂ ਨੂੰ ਵੱਡਾ ਬਣਾਉਂਦੀ ਉਹੀ ਦਿਖਾਈ ਬਈ ਇਹਨੂੰ
ਪੈਰ ਤਾਂ ਕੱਢਣ ਦੀ ਲੋੜ ਹੀ ਨਾ ਬੱਤ ਕਨੂੰ ਹੀ ਬਹੁਤ ਗਾਣੂ ਫਿਰਦੇ ਨੇ जस्सू कहिंदा मैं भी लैणा बाई कहिंदा भाई तेरे मेरी दा तां नहीं गाउणा गा तू तां रब दा नाम ही लिया कर चलो ठीक है भाई देख के जावा ओके ठीक है भाई तू तो रब का नाम ही है पतंदरा तू हूं यह चीजा ही झाक कराया कर जिम्मे असी दुकान से जाके शर्टा लेने ना जिम्मे जो मैं दुकान से जाके शर्टा लेने मैं तीन क पीस ही दिखा हों गल तेरी आ चल जस्सू के भी बूट ले गए जाते जाते सानू भाई बाइक ने टक्कर गया चल बैग भी लैन आए थे उदन मित्र मॉल च इतने देख लगे तो करी जाने सिलैक्शन जे कोई रेट वाजब सिर बनता तो अपना लै लेना गा उन्ना चर चाह करो इंजॉय ठंड के गड्डी की आप सवारी जिम्मेवार है ऐ चक के लै जाते धोबी बाजार चा सो बच के रहो धोबी बाजार च कदों भी चक्के जा सकते हैं तुम बाकी तो साढ़े सारे के कपड़े हो गए डन कला मैं कदा रहा गा इधर वेखो इधर पेंट भरजाई चेकिंग करवाई जा रही है क्या बात है ऐ हों बरे बंदे का कोई नहीं तेरी भी होया करू चेकिंग कोई गल नहीं उदो देखा जो होया करूगी हूँ अभी पेट पूजा कर लगे ये तो बाद बाकी का दिमाग जो फिर अभी दड़ावे भी अभी की लगे होर नहीं मिर्चा नहीं पाउंगा आई आई पाओ बाकी बर्गर बुर्गर आने अपने बलेटी मार ग्रुप पिंड च पूरा कर लेंदा पीजे नूं आए करके आए हुंदा ना पीस नूं आए कर लेंदा ये तां करके नूं बलेटे मार कहिंदे आ आए पियांगा भरावा ये प्लेट च नहीं धर के लियाउंदे बर्गर आ वाली प्लेट च धर के लियाउण देणगे आ पीजे वाली हुंदी आ किवें होई कोई अंदरों संतुष्टि होगी कहे दी ओ जी समान सप्पा लैके सारा आना गड्डी च रख लिया ते हुण हैगा जस्सू नूं तारन लगे आ डिलीवरी करन लगे आ बस नूं जस्सू दी सो ये जा रहा है पिंड ते आपां चल देंगे पुच्चो यादा जुड़िया कॉलेज नाल जिंदगी दे कई अजीज साल इस कॉलेज दे विच असीं गुजारे आ सो कॉलेज दी रोड तो बहुत सारे राह निकल गए पर साडे वास्ते सिर्फ बेरोजगारी वाला राह ही बचा सीगा सो असीं उहदे उत्ते तुरे जांदे आ हौली हौली इसे उम्मीद च भी अगे जाके असि भी कुछ ना कुछ कमा लगा हूं हिंड बड़ी बैठा क्या मैं बस स्टैंड मूहरे तार के आओ चल जस्सू क्योंकि अस इतो मुड़ के बारे बारे लंघ जाए पुछो इतो सू पांच मिनट लगन उधर अद्धा घंटा लगूगा चल ठीक है ओके जस्सू मिलते हैं 15 तरीक न फिर ठीक है ओके उपर पहुंच गए फैक्ट्री आउटलैट NH7 से जरा स्थित आ लो भी इतो खरीद गए जो कुछ खरीदना नेरा तो हो जाना वैसे घरे जाए भाई यार बाली घेंट चीज बनाती है यार सिरा ही लाता बाई ने भी कट लिया फोन पाने स्टोरी कहते पहुंच चुके हैं फैक्ट्री आउटलैट से हाँ अपने भी कहते बनना गुन्याने के नेड़े हूँ इतने गेड़े शेड़े दिने गए कुछ ना कुछ लाभ देंगे पाने कारण वाला फिर वो तो बाद जिहड़े दी गल करदे सीगे मैं कहने जमा उस ते हत्थ पर है जालीदार रहना आपां जालीदार नहीं लेना आपां दूजा लेना गा भरमा कपड़ा होवे बीच वाले अपने बीच है नहीं छप्पड़ ते पा के जाने पया करनगे फैक्ट्री आउटलेट वाले बहुत ज्यादा धक्का करन लग गए जिहड़ी चीज ते हत्थ रखदे ने उहदा कह जांदे फ्रैश आर्टिकल अपनी दुकान तैयार हो गई है बस इत्थे आपां इत्थे फ्लैट 100% ही कर दिया करना गा क्योंकि मिले कुछ नहीं करना इत्थे कल्ले बिल्ली जनता तों बिना लो भी हूँ आप माड़े कोई नाइक जी शूज शाज देख लो मैं देख रहा है भरजाई वास्ते लैन लै देख भरजाई तेन पसंद है हैं ओरिजिनल सानू पता है थोड़े ओरिजिनल ही होंगे जे कि बाबे इतने छड़ा हूँ मच्छियां छोटिया छोटिया बिच है ना तो इतने डब्बा लैके बह के नहा हो गए कितों लिया अच्छा उतो लिया जी इतने बैठ के गड़बिया नहाना हो लो जी इस टाइम खड़े हैं NH के बाहर NH नहीं मतलब कि फैक्ट्री आउटलैट के बाहर पर जिहड़ी जिहड़ी सानू चीज़ की लोड़ सी वो सानू मिली नहीं गी मतलब सानू सिर्फ मिल गया दो जैकटा सांदियां शूज भी नहीं मिले मुले तो बाकी हुण देखदे आं बठिंडे जाके जीना जूना नहीं तो फिर चलते हैं घर ठंडे ठंडे
ਬਈ ਯਾਰ ਤੁਸੀਂ ਸਾਡੀ ਉਮੀਦ ਤੇ ਖਰੇ ਨਹੀਂ ਉਤਰੇ ਯਾਰ ਜਿੰਨੀ ਸਾਨੂੰ ਉਮੀਦ ਸੀ ਤੁਹਾਡੇ ਤੋਂ ਲੋ ਵੀ ਆ ਦੋ ਤਿੰਨ ਸਵੈਟ ਸ਼ਰਟਾਂ ਦੇਖੀਆਂ ਸੀਗੀਆਂ ਪਰ ਸਾਨੂੰ ਪਸੰਦ ਆ ਗਈ ਕਲਰ ਤਾਂ ਆ ਵਾਲੀ ਮਹਿੰਦੀ ਜੇ ਕਲਰ ਦੀ ਉਹ ਇਹ ਲੈ ਲਈਆ ਹੁਣ ਆਪਾਂ ਨਿਕਲਣ ਲੱਗੇ ਘਰ ਨੂੰ ਬਸ ਇੱਕ ਲਾਈਟ ਚੇਂਜ ਕਰਵਾਉਣੀ ਉਹ ਲਾਈਟ ਕਰਵਾ ਕੇ ਉਹ ਤੋਂ ਬਾਅਦ ਘਰੇ ਚੱਲ ਕੇ ਮਿਲਦੇ ਆ ਆ ਮਾਗ ਰੋਡ ਦਾ ਇਸ ਵੇਲੇ ਦਾ ਨਜ਼ਾਰਾ ਟੱਪ ਖੜੱਪੀ ਬੱਕਰੀ ਡੱਬੀ ਉਹਦੀ ਛਾਂ ਚੱਲ ਮੇਰੀ ਬੱਕਰੀ ਸਵੇਰੇ ਵਾਲੇ ਥਾਂ ਲਓ ਵੀ ਸੁਬਹ ਵਾਲੇ ਥਾਂ ਜਾਣੀ ਕਿ ਆਪਣੇ ਹੋਮ ਸਵੀਟ ਹੋਮ ਪਹੁੰਚ ਗਏ ਹਾਂਗੇ ਅਤੇ ਘਰੇ ਚੱਲ ਕੇ ਲਾਉਣੇ ਆ ਸਮਾਨ ਅਤੇ ਘਰਦਿਆਂ ਨੂੰ ਦਿਖਾਉਣੇ ਆ ਅਤੇ ਪੁੱਛਦੇ ਹਾਂ ਕਿਵੇਂ ਦਾ ਲੱਗਿਆ ਲਓ ਜੀ ਨਹੀਂ ਮਤਲਬ ਊਂ ਦੱਸ ਦਿਆਂਗੇ ਨਾ ਗੱਲੀ ਬਾਤੀ ਲਓ ਵੀ ਗੇਟ ਵੀ ਆਪਣਾ ਕਲਰ ਹੋ ਗਿਆ ਗਾ ਮੈਨੂੰ ਲੱਗਦਾ ਉਹ ਮੇਨ ਜਿਹਾ ਰਹਿ ਗਿਆ ਤਾਂ ਵਾਲੇ ਜਿਹੜੇ ਫੰਘ ਜੇ ਬਣਨੇ ਹੈਗੇ ਹਾਂ ਫੁੱਲ ਪਾਉਣ ਵਾਲੇ ਰਹਿ ਗਏ ਘੁੱਗੀਆਂ ਕਟਾਰਾਂ ਬਾਕੀ ਮੋਰ ਮਾਰਤਾ ਛਾਪ ਗਏ ਮੈਂ ਕਿ ਦੇਖ ਰਿਹਾ ਗਾ ਵੀ ਕਿਤੇ ਲੱਗਦਾ ਤਾਂ ਨਹੀਂ ਨਾਲ ਰੰਗ ਸਮਾਨ ਲੈ ਕੇ ਪਹੁੰਚ ਚੁੱਕਿਆ ਇੰਨੀ ਕੁ ਸ਼ੋਪਿੰਗ ਕਰੀ ਹੈ ਬਾਕੀ ਸਾਰੇ ਜਿਹੜੇ ਲੀੜੇ ਕੱਪੜੇ ਆਪਣੇ ਉਹ ਕਰਾਤੇ ਹੈਂ ਓ ਹੋ ਕਿਆ ਬਾਤ ਆ ਸਿਰਾ ਬਾਬੇ ਸਿਰਾ ਗੱਲਬਾਤ ਏਸੀ ਵੀ ਛੱਡਿਆ ਹੋਇਆ ਉਹ ਕਿਹਨੇ ਛੱਡਾਤਾ ਹੈਂ